स्वागत है किसान वीरों तुहाडा सिदकडेरी फार्मिंग दे विच। किसान वीरों अज जिहड़ी वीडियो बना रहे हैं पिंड ढीमाली, यह फरीदकोट जिले का पिंड है। फरीदकोट तो ढीमाली आना हो मचाकी मल सिंह रस्ते च पिंड आउंदा, ते जे कोटकपुरे तो ढीमाली आना हो दुआरियाणा पिंड रस्ते च आउंदा। मतलब दोनों शहरां तो सेम जी दूरी है, तो एक एक पिंड ही रस्ते च आउंदा। जिहड़े घर चो वीडियो बना रहे हैं दसो, ये भी पशु पालक है, आम फार्मर वीर है जिहड़े खेतीबाड़ी के नाल नाल पशु संभालदे आ। ਇਹ ਗੱਲਾਂ ਮੈਂ ਇਸ ਕਰਕੇ ਐਡ ਕਰ ਦਿੰਦਾ ਹੁੰਦਾ ਵੀ ਜਿਹੜੇ ਆਮ ਫਾਰਮਰ ਕੋਲੋਂ ਜਦੋਂ ਵੀਡੀਓ ਬਣਾਉਣੇ ਆ ਤਾਂ ਜਿਹੜਾ ਪਸ਼ੂਆਂ ਦਾ ਰੇਟ ਹੁੰਦਾ ਉਹ ਉਸ ਤਰੀਕੇ ਦਾ ਨਹੀਂ ਹੁੰਦਾ ਵੀ ਜਿਹੜਾ ਤੁਸੀਂ ਉਮੀਦ ਕਰਦੇ ਹੁੰਦੇ ਆ, ਥੋੜਾ ਬਹੁਤਾ ਉੱਪਰ ਨੀਚੇ ਰਹਿ ਜਾਂਦਾ ਰੇਟ, ਕਿਉਂਕਿ ਕਦੇ ਕਦੇ ਪਸ਼ੂ ਵੇਚਣਾ ਹੁੰਦਾ। ਅੱਜ ਦੀ ਵੀਡੀਓ 'ਚ ਇੱਕ ਇਹ ਝੋਟੀ ਬਾਈ ਜੀ ਹੋਰਾਂ ਨੇ ਵਿਕਾਊ ਕੀਤੀ ਹੈ, ਛੋਟੀ ਉਮਰ ਹੈ, ਛੋਟਾ ਬਿਲਕੁਲ ਸਿੰਘ, ਸੋਹਣੇ ਚਿਹਰੇ ਦੀ ਹੈ ਅਤੇ ਹਵਾਨਾ ਵੀ ਬੜਾ ਸਾਫ਼ ਸੁਥਰਾ ਜਿਹਾ ਇਹਨੇ ਬਣਾਉਣਾ ਸ਼ੁਰੂ ਕੀਤਾ। ਜਦੋਂ ਤੁਰੂਗੀ ਉਦੋਂ ਤੁਹਾਨੂੰ ਚੰਗੀ ਤਰ੍ਹਾਂ ਹਵਾਨਾ ਦਿਸ ਜਾਣਾ। ਵੈਸੇ ਇਹ ਸੀਲ ਸ਼ਰੀਫ ਫੁੱਲ ਹੈ। ਸੋ ਅੱਜ ਦੀ ਵੀਡੀਓ 'ਚ ਇਹੀ ਨਾਗ ਹੈ, ਆਓ ਇਹਦੇ ਬਾਰੇ ਜਾਣਕਾਰੀ ਬਾਈ ਤੋਂ ਲਈਏ, ਬਾਅਦ 'ਚ ਇਹਨੂੰ ਤੋਰਾਂਗੇ। ਜਿਹਨੂੰ ਪਸੰਦ ਆ ਜੂ ਆ ਕੇ ਆਪਦੀ ਤਸੱਲੀ ਕਰਕੇ ਤੁਸੀਂ ਖਰੀਦਿਓ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਨਾਮ ਦੱਸਿਓ ਜੀ ਆਪਣਾ? ਚਮਕੌਰ ਸਿੰਘ। ਠੀਕ ਹੈ ਚਮਕੌਰ ਬਾਈ, ਅੱਜ ਜਿਹੜੀ ਇਹ ਝੋਟੀ ਵੇਚਣੀ ਹੈ ਘਰ ਦੀ ਆਪਣੇ ਤਾਂ? ਹਾਂਜੀ ਘਰ ਦੀ। ਪਹਿਲਾ ਸੂਆ ਇਹਨੇ ਸੂਣਾ? ਪਹਿਲਾ ਜੀ। ਦੰਦੋ ਕਿਵੇਂ ਬਾਈ? ਦੋਂਦੀ ਆ ਜੀ। ਦੋ ਦੰਦ ਹੈ, ਕਿੰਨੇ ਕੁ ਦਿਨ ਲੈ ਜੂ ਬਾਈ ਸੂਣ 'ਚ? ਲੈ ਜੂ ਹਫ਼ਤਾ ਕੁ ਜੀ। ਇੱਕ ਹਫ਼ਤਾ ਹਜੇ ਲੈ ਜੂਗੀ? ਹਾਂਜੀ। ਠੀਕ ਹੈ। ਅੱਛਾ ਇਹਦਾ ਰੇਟ ਆਪਾਂ ਕੀ ਰੱਖਾਂਗੇ? ਰੇਟ ਜੀ ਫੋਨ 'ਤੇ ਸੰਪਰਕ, ਫੋਨ 'ਤੇ ਦੱਸ ਦਿਆਂਗੇ। ਠੀਕ ਹੈ ਦੋਸਤੋ, ਰੇਟ ਇਹਦਾ ਫੋਨ 'ਤੇ ਹੋਊਗਾ, ਬਾਈ ਜੀ ਹੋਰਿਆਂ ਨੂੰ ਤੁਸੀਂ ਫੋਨ ਕਰ ਲਿਓ, ਫੋਨ 'ਤੇ ਦੱਸ ਦੇਣਗੇ। ਹਫ਼ਤਾ ਹਜੇ ਲੈਂਦੀ ਹੈ, ਪਹਿਲਣ ਹੈ, ਦੋ ਦੰਦ ਹੈ, ਬਹੁਤ ਸੋਹਣਾ ਹਵਾਨਾ ਬਣਾਊਗੀ, ਉਮੀਦ ਇਹ ਕਰ ਸਕਦੇ ਹਾਂ ਤੁਸੀਂ, ਹਵਾਨਾ ਦੇਖ ਸਕਦੇ ਹੋ, ਥੰਨ ਦਾ ਸਹਿਜ ਸੋਹਣਾ ਰੱਖੂਗੀ। ਤੋਰ ਦਿਓ ਬਾਈ ਜੀ। ਸਿੰਘ ਬਿਲਕੁਲ ਛੋਟਾ ਅਤੇ ਕੁੰਡਾ, ਉਹ ਤੁਹਾਨੂੰ ਪਹਿਲਾਂ ਵੀ ਦਿਖਾਤਾ ਸੀ। ਠੰਡੀ ਸੀਲ ਹੈ, ਕੋਈ ਬਾਹਲੀ ਗਰਮ ਨਹੀਂ ਹੈ ਝੋਟੀ, ਜਦੋਂ ਵੀਡੀਓ ਬਣਾਉਂਦੇ ਹਾਂ ਨਾ ਬਹੁਤਾ ਡਰਦੀ ਹੈ। ਉਮੀਦ ਹੈ ਵੀ ਪਹਿਲਣ ਚੰਗਾ ਦੁੱਧ ਪਾ ਦੂਗੀ। ਬਾਕੀ ਪਹਿਲਣ ਪਸ਼ੂ ਦੀ ਇੱਕ ਖਾਸੀਅਤ ਇਹ ਹੁੰਦੀ ਹੈ, ਜਿਹਨੇ ਖਰੀਦਣਾ ਉੱਧਰ ਨੂੰ ਬਾਹਰ ਨੂੰ ਲੈ ਜਾਓ ਬਾਈ ਜੀ, ਤਾਂ ਦੂਜੇ ਸੂਏ ਉਹ ਕੀਮਤ 'ਚ ਵਾਧਾ ਕਰ ਜਾਂਦਾ, ਕਿਉਂਕਿ ਸਰੀਰ ਖੁੱਲ੍ਹ ਜਾਂਦਾ ਪਸ਼ੂ ਦਾ। ਇਹ ਦੋ ਦੰਦ ਦਾ ਹਜੇ ਇਹਨੇ ਕੱਦ ਵੀ ਕਰਨਾ, ਇਹਦਾ ਢਾਂਚਾ ਜਿਹੜਾ ਉਹ ਵੱਡਾ ਹੋਊਗਾ, ਇਹਨੂੰ ਇਹਦਾ ਵਜ਼ਨ ਵੀ ਵਧਣਾ, ਸੋ ਦੂਜੇ ਸੂਏ ਆਪਦੀ ਕੀਮਤ 'ਚ ਵਾਧਾ ਵੀ ਕਰੂਗੀ ਅਤੇ ਦੁੱਧ ਵੀ ਤੁਹਾਨੂੰ ਇੱਕ ਸੂਆ ਪੂਰਾ ਵਧੀਆ ਇਹਨੇ ਪਿਆ ਜਾਣਾ। ਸੋ ਇਹ ਪਹਿਲਣ ਝੋਟੀ ਆ ਦੋਸਤੋ, ਜਿਹੜੀ ਤੁਸੀਂ ਸਕਰੀਨ 'ਤੇ ਦੇਖ ਰਹੇ ਹੋ, ਸੋਹਣੀ ਸੁਨੱਖੀ ਹੈ ਹਰੇਕ ਪੱਖ ਤੋਂ, ਥੰਨ ਦਾ ਸਹਿਜ ਅਗਲਾ ਵੀ ਸੋਹਣਾ, ਹਵਾਨਾ ਅੱਗੇ ਨੂੰ ਵੀ ਚੰਗਾ ਰੱਖਦੀ ਲੱਗਦੀ ਹੈ। ਇੱਕ ਵਾਰ ਉਹ ਗਾਈਆਂ ਵੱਲ ਨੂੰ ਲੈ ਜਾਓ ਜੀ ਸਾਹਮਣੇ, ਸੋ ਤੁਰਦੀ ਤੋਂ ਹਵਾਨਾ ਤੁਸੀਂ ਦੇਖ ਸਕਦੇ ਹੋ, ਅਜੇ ਹਫ਼ਤਾ ਲੈਂਦੀ ਹੈ ਦੋਸਤੋ, ਪਰ ਹੁਣ ਵੀ ਹਵਾਨਾ ਚੰਗਾ ਦਿਖਾ ਰਹੀ ਹੈ। ਰੇਟ ਬਾਈ ਜੀ ਹੋਰ ਇਹਦਾ ਫੋਨ 'ਤੇ ਕਰਨਗੇ, ਲਿਆਓ ਬਾਈ ਬੰਨ ਦਿਓ, ਜਿਹਨੂੰ ਪਸੰਦ ਆਵੇ ਉਸ ਵੀਰ ਨੇ ਸੰਪਰਕ ਬਾਈ ਜੀ ਹੋਰਾਂ ਨਾਲ ਕਰਨਾ, ਨੰਬਰ ਸਕਰੀਨ ਉੱਤੇ ਮੈਂ ਲਾਤਾ ਜਿਹੜੇ 'ਤੇ ਤੁਸੀਂ ਕਾਲ ਕਰਨੀ ਹੈ। ਤਸੱਲੀ ਕਰਨਾ ਤੁਹਾਡਾ ਹੱਕ ਹੈ ਦੋਸਤੋ, ਆ ਕੇ ਤੁਸੀਂ ਕਰ ਸਕਦੇ ਹੋ। ਅੱਜ ਦੀ ਵੀਡੀਓ 'ਚ ਫਿਲਹਾਲ ਇੱਕ ਹੀ ਨਾਗ ਸੀਗਾ ਜਿਹੜਾ ਬਾਈ ਨੇ ਵਿਕਾਊ ਕੀਤਾ। ਵੈਸੇ ਪਸ਼ੂ ਇਹਨਾਂ ਦੇ ਦੋਸਤੋ ਤੁਹਾਨੂੰ ਦਿਖਾ ਦੇਣਾ, ਸਾਹਮਣੇ ਖੜੇ ਆ ਜਿਹੜੇ ਉਹ ਇਹਨਾਂ ਦੇ ਪਸ਼ੂ ਆ, ਇਸ ਘਰ ਦੇ ਵਿੱਚ ਰੱਖੇ ਵੇ, ਇੰਨੇ ਕੁ ਨਾਗ ਬਾਈ ਜੀ ਉਹਨਾਂ ਕੋਲ ਇਸ ਟਾਈਮ ਸਾਂਭੇ ਵੇ, ਇਹਨਾਂ ਦੇ ਵਿੱਚੋਂ ਹੀ ਇਹ ਝੋਟੀ ਹੈ ਜਿਹੜੀ ਵਿਕਾਊ ਹੈ। ਧੰਨਵਾਦ।